ਦਸ਼ਮੇਸ਼ ਪਿਤਾ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਸਿੱਖ ਧਰਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿੱਚ ਨੌਜਵਾਨਾਂ ਦਾ ਚਿੱਟੇ ਦੀ ਓਵਰਡੋਜ਼ ਨਾਲ ਮਰਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਆਏ ਦਿਨ ਕੋਈ ਨਾ ਕੋਈ ਨੌਜਵਾਨ ਬੱਸ ਸਟੈਂਡ ਤੇ ਚਿੱਟੇ ਦੀ ਓਵਰਡੋਜ਼ ਨਾਲ ਮਰ ਰਿਹਾ ਹੈ। ਤਾਜ਼ੇ ਮਾਮਲੇ ਦੇ ਵਿੱਚ ਤਲਵੰਡੀ ਸਾਬੋ ਦੇ ਅਧਿਆਪਕ ਵਰਗ ਅਤੇ ਪਿੰਡ ਫਤਿਹਗੜ੍ਹ ਨੌ ਆਬਾਦ ਦੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ ਜਦੋਂ ਰਿਟਾਇਰਡ ਅਧਿਆਪਕ ਗੁਰਜੰਟ ਸਿੰਘ ਦਾ ਇਕਲੌਤਾ ਪੁੱਤ ਧਰਮਪਾਲ ਲਾਲੀ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ। ਲਾਲੀ ETT ਕਰ ਰਿਹਾ ਸੀ ਜੋ ਕਿ ਨਸ਼ੇ ਕਰਨ ਦਾ ਆਦੀ ਵੀ ਸੀ, ਜੋ ਹੁਣ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ, ਜਿਸ ਨਾਲ ਅਧਿਆਪਕ ਗੁਰਜੰਟ ਸਿੰਘ ਦਾ ਘਰ ਉੱਜੜ ਗਿਆ। ਇਸ ਸੰਬੰਧੀ ਮ੍ਰਿਤਕ ਦੇ ਪਿਤਾ ਰਿਟਾਇਰਡ ਅਧਿਆਪਕ ਗੁਰਜੰਟ ਸਿੰਘ ਨੇ ਰੋਂਦਿਆਂ ਕੁਰਲਾਉਂਦਿਆਂ ਦੱਸਿਆ ਕਿ ਲਾਲੀ ਉਸਦਾ ਇਕਲੌਤਾ ਪੁੱਤ ਸੀ ਜਿਸਨੇ ਤਲਵੰਡੀ ਸਾਬੋ ਦੇ ਵਿੱਚ ਛੱਲੀਆਂ ਵਾਂਗ ਵਿਕਦੇ ਚਿੱਟੇ ਦਾ ਨਸ਼ਾ ਕਰ ਲਿਆ ਤੇ ਉਸਦੀ ਮੌਤ ਹੋ ਗਈ, ਜਿਸਦੀ ਲਾਸ਼ ਤਲਵੰਡੀ ਸਾਬੋ ਦੇ ਬੱਸ ਸਟੈਂਡ ਦੇ ਵਿੱਚੋਂ ਲੱਭੀ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਤਿਹਾਸਕ ਸ਼ਹਿਰ ਦੇ ਵਿੱਚੋਂ ਤੁਰੰਤ ਚਿੱਟੇ ਨੂੰ ਬੰਦ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਨਾ ਬੁਝੇ। ਉਧਰ ਤਲਵੰਡੀ ਸਾਬੋ ਦੇ ਮੋਹਤਵਾਰ ਨੇ ਵੀ ਦੱਸਿਆ ਕਿ ਤਲਵੰਡੀ ਸਾਬੋ ਦੇ ਵਿੱਚ ਲਗਾਤਾਰ ਚਿੱਟੇ ਨਾਲ ਮੌਤਾਂ ਹੋ ਰਹੀਆਂ ਨੇ। ਅਜੇ ਕੁਝ ਦਿਨ ਪਹਿਲਾਂ ਹੀ ਇੱਕ ਨੌਜਵਾਨ ਦੀ ਲਾਸ਼ ਬੱਸ ਸਟੈਂਡ ਦੇ ਵਿੱਚੋਂ ਲੱਭੀ ਸੀ ਕਿ ਉਸਦੇ ਚਰਚੇ ਅਜੇ ਖਤਮ ਨਹੀਂ ਹੋਏ ਸਨ ਤੇ ਇੱਕ ਹੋਰ ਨੌਜਵਾਨ ਚਿੱਟੇ ਦੀ ਭੇਂਟ ਚੜ ਗਿਆ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਤੁਰੰਤ ਇਤਿਹਾਸਕ ਸ਼ਹਿਰ ਦੇ ਵਿੱਚੋਂ ਚਿੱਟਾ ਬੰਦ ਕਰਨ ਦੀ ਮੰਗ ਕੀਤੀ ਹੈ। ਉਧਰ ਜਦੋਂ ਇਸ ਸੰਬੰਧੀ ਤਲਵੰਡੀ ਸਾਬੋ ਦੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਸਿਰਫ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਇਹ ਕਹਿ ਕੇ ਮੀਡੀਆ ਤੋਂ ਬਚਦੇ ਹੋਏ ਨਜ਼ਰ ਆਏ। ਮੇਰਾ ਮੁੰਡਾ 30 ਸਾਲ ਦਾ ਸੀ, ETT ਕਰੀ ਜਾਂਦਾ ਸੀ, 2 ਮਹੀਨੇ ਰਹਿ ਗਏ ਸੀ, ਇਕੱਲਾ ਮੇਰੇ ਲੜਕਾ ਸੀ, ਠੀਕ ਹੈ ਜੀ। ਇਹਨੇ ਘਰੋਂ ਜਾ ਕੇ ਕਿਸੇ ਤੋਂ ਚਿੱਟਾ ਲਿਆ, ਚਿੱਟਾ ਲੈ ਕੇ ਇੰਜੈਕਸ਼ਨ ਲਾਇਆ ਆਪਣੇ ਬੱਸ ਅੱਡੇ 'ਚ, ਠੀਕ ਹੈ ਜੀ। ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਉੱਥੇ ਡਿੱਗਿਆ ਪਿਆ, ਮੇਰੇ ਜਾਣ ਤੋਂ ਪਹਿਲੇ ਹੀ ਲੈ ਗਏ ਸੀ ਚੱਕ ਕੇ ਉੱਥੇ। ਕੋਲ ਥਾਣੇਦਾਰ ਵੀ ASI ਵੀ ਪਹੁੰਚ ਗਿਆ ਸੀ, ਠੀਕ ਹੈ ਜੀ। ਅਤੇ ਮੈਂ ਪ੍ਰਸ਼ਾਸਨ ਮੂਹਰੇ ਇਹੀ ਰਿਕੁਐਸਟ ਕਰਦਾ ਵੀ ਮੇਰਾ ਤਾਂ ਘਰ ਉੱਜੜ ਗਿਆ, ਇਕੱਲੇ ਹੀ ਸੀ ਮੇਰੇ, ਮੇਰੇ ਤਾਂ ਜਿੰਦਾ ਲੱਗ ਗਿਆ ਅਤੇ ਹੋਰਾਂ ਦੇ ਨਾਲ ਲੱਗੇ ਜਿੰਦਾ, ਹੋਰਾਂ ਦੇ ਪੁੱਤ ਬਚਾਉਣ ਵਾਸਤੇ ਸਰ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਵੀ ਇਹ 'ਤੇ ਕੰਟਰੋਲ ਕੀਤਾ ਜਾਵੇ। ਸਾਡੀ ਤਲਵੰਡੀ ਸਾਬੋ ਤੋਂ ਇੱਕ ਸਾਡੇ ਧਾਰਮਿਕ ਜਗ੍ਹਾ, ਪਵਿੱਤਰ ਜਗ੍ਹਾ, ਚੌਥਾ ਤਖ਼ਤ ਹੈ, ਫਿਰ ਵੀ ਇੱਥੇ ਨਸ਼ਾ ਕਿਉਂ ਨਹੀਂ ਰੁਕ ਰਿਹਾ? ਅਤੇ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਾ ਵੀ ਮੇਰਾ ਤਾਂ ਚਲਿਆ ਗਿਆ 30 ਸਾਲ ਦਾ, ਇਕੱਲਾ ਹੀ ਸੀ ਅਤੇ ਹੋਰ ਦਾ ਨਾ ਕਿਸੇ ਦਾ ਵਿਚਾਰੇ ਦਾ ਕੋਈ ਇਕੱਲਾ ਪੁੱਤ ਜਾਂ 2 ਪੁੱਤ ਚਲੇ ਜਾਣ। ਇਹ ਨਸ਼ੇ 'ਤੇ ਪੂਰੇ ਤੋਂ ਪੂਰਾ ਕੰਟਰੋਲ ਕੀਤਾ ਜਾਵੇ, ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਦਾ, ਜਦੋਂ ਇਹ 'ਤੇ ਕੰਟਰੋਲ ਨਹੀਂ ਕਰ ਰਿਹਾ। ਹੋਰ ਚੀਜ਼ ਕੋਈ ਮਿਲਦੀ ਨਹੀਂ, ਚਿੱਟਾ ਜਿੱਥੋਂ ਮਰਜ਼ੀ ਲੈ ਲਓ ਤਲਵੰਡੀ 'ਚ, ਕੋਈ ਕੰਟਰੋਲ ਨਹੀਂ ਕਰ ਰਿਹਾ ਪ੍ਰਸ਼ਾਸਨ। ਪ੍ਰਸ਼ਾਸਨ ਕੋਈ ਕੰਟਰੋਲ ਨਹੀਂ ਕਰ ਰਿਹਾ, ਜੇ ਕੰਟਰੋਲ ਕਰਿਆ ਹੁੰਦਾ ਮੇਰਾ ਲੜਕਾ ਮਰਦਾ ਨਹੀਂ ਸੀ। ਠੀਕ ਹੈ ਜੀ, ਹਾਂ ਮੈਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਾ। ਬੜੇ ਚਾਵਾਂ ਨਾਲ ਪਾਲਿਆ ਸੀ, ਚਾਵਾਂ ਨਾਲ ਪਾਲਿਆ ਸੀ, ਇਕੱਲਾ ਇਕੱਲਾ ਮੇਰੇ ਜਵਾਕ ਸੀ, ਮੈਂ ਬਹੁਤ ਚਾਵਾਂ ਨਾਲ ਪਾਲਿਆ ਸੀ, ਠੀਕ ਹੈ ਜੀ। ਅਤੇ ਅੱਜ ਮੇਰਾ ਜਵਾਕ ਰਾਖ ਬਣ ਗਿਆ ਅਤੇ ਮੈਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ, ਉਹ ਪ੍ਰਸ਼ਾਸਨ ਇਹਦੇ ਕਿੰਨੀ ਧਿਆਨ ਦੇਵੇ, ਜਿਨ੍ਹਾਂ ਦੇ ਘਰਾਂ ਨੂੰ ਜਿੰਦੇ ਲੱਗੀ ਜਾਂਦੇ ਹੈ ਉਹਨਾਂ ਨੂੰ ਉਹਨਾਂ ਕਿੰਨੀ ਧਿਆਨ ਦੇਵੇ, ਉਹਨਾਂ 'ਤੇ ਸਖਤੀ ਕਰੇ ਚਿੱਟੇ ਵਾਲਿਆਂ 'ਤੇ। ਬਹੁਤ ਅਫਸੋਸ ਦੀ ਗੱਲ ਹੈ ਅਤੇ ਪ੍ਰਸ਼ਾਸਨ ਵਾਸਤੇ ਬੜੇ ਸ਼ਰਮ ਦੀ ਗੱਲ ਹੈ ਜੀ। ਪਿਛਲੇ 10 ਦਿਨਾਂ ਤੋਂ
ਇੱਥੇ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਦੋ ਡੈੱਡ ਬੋਡੀਆਂ ਤਾਂ ਬੱਸ ਸਟੈਂਡ ਤਲਵੰਡੀ ਸਾਬੋ ਵਿੱਚੋਂ ਮਿਲੀਆਂ। ਇੱਕ ਅੱਜ ਤੋਂ 10 ਦਿਨ ਪਹਿਲਾਂ ਮਿਲੀ ਸੀਗੀ, ਇੱਕ 24 ਤਰੀਕ ਨੂੰ 108 ਐਂਬੂਲੈਂਸ ਨੇ ਚੁੱਕੀ ਸੀਗੀ, ਇੱਕ ਰਾਤੀ ਚੱਕੀ ਹੈ। ਜੋ ਰਾਤੀ ਚੱਕੀ ਹੈ, ਇਹ ਮਾਂ ਪਿਓ ਦਾ ਇਕਲੌਤਾ ਪੁੱਤਰ ਸੀਗਾ। ਇਹ ਲੜਕੇ ਦੀ ਮਦਰ ਮਰੀ ਹੈ ਵਿਚਾਰੇ ਦੀ। ਇਹਦੇ ਫਾਦਰ ਸਾਹਿਬ ਟੀਚਰ ਰਿਟਾਇਰ ਨੇਗੇ, ਉਹ ਬਿਲਕੁਲ ਹੀ ਇਕੱਲੇ ਰਹਿ ਗਏ। ਪ੍ਰਸ਼ਾਸਨ ਦਾ ਇਸ ਗੱਲ ਵੱਲ ਕੋਈ ਧਿਆਨ ਨਹੀਂ ਕਿ ਸ਼ਹਿਰ ਵਿੱਚ ਚਿੱਟਾ ਸ਼ਰੇਆਮ ਵਿਕ ਰਿਹਾ ਹੈਗਾ, ਇਹਦੇ ਕੋਈ ਰੋਕਥਾਮ ਨਹੀਂ ਹੋ ਰਹੀ। ਉਹ ਮਾਂ ਪਿਓ ਦਾ ਇਕਲੌਤਾ ਪੁੱਤਰ ਰਾਤ ਇਸ ਦੁਨੀਆਂ ਨੂੰ ਛੱਡ ਕੇ ਚਲਾ ਗਿਆ, ਆਪਦੇ ਮਾਂ ਪਿਓ ਨੂੰ ਰੋਂਦੇ ਹੋਏ, ਮਾਂ ਨੂੰ ਪਿਓ ਨੂੰ ਰੋਂਦੇ ਛੱਡ ਕੇ। ਮਾਂ ਤਾਂ ਵਿਚਾਰੇ ਦੀ ਪਹਿਲਾਂ ਹੀ ਮਰੀ ਆ, ਉਹਦਾ ਬਾਪ ਇਸ ਟਾਈਮ ਬਿਲਕੁਲ ਇਕੱਲਾ ਰਹਿ ਚੁੱਕਿਆ, ਜਿਹਦਾ ਕੋਈ ਸਹਾਰਾ ਨਹੀਂ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਰਹਿੰਦੇ ਨੌਜਵਾਨਾਂ ਨੂੰ ਬਚਾਇਆ ਜਾਵੇ। ਜੋ ਤਲਵੰਡੀ ਵਿੱਚ ਨਸ਼ਿਆਂ ਦਾ ਦਰਿਆ ਇਸ ਟਾਈਮ ਵਗ ਰਿਹਾ ਹੈ, ਉਹ 'ਤੇ ਠੱਲ ਪਾ ਕੇ ਉਸ ਨੂੰ ਰੋਕਿਆ ਜਾਵੇ, ਦੋਸ਼ੀਆਂ ਨੂੰ ਫੜ ਕੇ ਬਣਦੀ ਸਜ਼ਾਵਾਂ ਦੇ ਕੇ ਉਹਨਾਂ ਨੂੰ ਜੇਲ੍ਹ 'ਚ ਅਟਕਿਆ। ਜਿਹੜੀ ਰਾਤ ਡਾਕੂਮੈਂਟ ਉਹਦੇ ਵਿੱਚ ਹੀ ਮਤਲਬ ਚਿੱਟਾ ਕੋਲ ਪਿਆ ਸੀ ਜਾਂ ਟੀਕਾ ਤੁਸੀਂ ਦੇਖਿਆ? ਹਾਂ ਜੀ, ਉਹਦੇ ਤੁਸੀਂ ਦੇਖੋ ਵੀਡੀਓ ਦੇਖੋ, ਉਹ ਲੜਕੇ ਦੇ ਕੋਲ ਸਰਿੰਜ ਅਤੇ ਕੋਲ ਉਹਦਾ ਨੀਡਲ ਸਾਰਾ ਕੁਛ ਕੋਲ ਪਿਆ ਜੀ, ਬਿਲਕੁਲ ਕੋਲ ਮਿਲਿਆ। ਇਹ ਬੱਸ ਸਟੈਂਡ ਦੇ ਵਿੱਚੋਂ ਮਿਲਿਆ। ਵੱਡੇ ਸ਼ਰਮ ਦੀ ਗੱਲ ਤਾਂ ਇਹ ਆ ਵੀ ਜਿੱਥੇ ਪਬਲਿਕ ਦਾ ਆਉਣਾ ਜਾਣਾ ਉੱਥੋਂ ਡੈੱਡ ਬੋਡੀਆਂ ਮਿਲ ਰਹੀਆਂ। ਜਿਹੜੀ 10 ਦਿਨ ਪਹਿਲਾਂ ਮਿਲੀ ਆ ਉਹ ਵੀ ਉੱਥੋਂ ਮਿਲੀ, ਜੋ ਰਾਤ ਮਿਲੀ ਉਹ ਵੀ ਉੱਥੋਂ। ਇਤਿਹਾਸਕ ਸਥਾਨ ਹੈ, ਦਸਮੇਸ਼ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਕੀ ਮੰਗ ਕਰਦੇ ਹੋ ਮੁੱਖ ਮੰਤਰੀ ਤੋਂ ਤੁਸੀਂ? ਅਸੀਂ ਇਹ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਅਸੀਂ ਸੀਐਮ ਸਾਹਿਬ ਤੋਂ ਇੱਕੋ ਹੀ ਮੰਗ ਕਰਦੇ ਹਾਂ ਵੀ ਨਸ਼ਿਆਂ ਨੂੰ ਠੱਲ ਪਾਈ ਜਾਵੇ ਤਾਂ ਕਿ ਜੋ ਨੌਜਵਾਨ ਨਸ਼ੇ ਕਰਦੇ ਹਨ ਉਹਨਾਂ ਨੂੰ ਉਸ ਤੋਂ ਰੋਕਿਆ ਜਾਵੇ ਅਤੇ ਉਹਨਾਂ ਦੇ ਮਾਂ ਪਿਓ ਦੇ ਹਿਰਦਿਆਂ ਨੂੰ ਸ਼ਾਂਤ ਕੀਤਾ ਜਾਵੇ।